ਬੀਤੇ ਹਫ਼ਤੇ ਐਡਮਿੰਟਨ ਸ਼ਹਿਰ ਦੀ ਇੱਕ ਹਾਈ ਸਕੂਲ ਦੇ ਬਾਹਰ ਭਾਰਤੀ ਮੂਲ ਦੇ ਇੱਕ ਨੌਜਵਾਨ ਉੱਪਰ ਕੁਝ ਲੜਕੀਆਂ ਦੇ ਗਰੁੱਪ ਵੱਲੋਂ ਹਮਲਾ ਕੀਤਾ ਗਿਆ ਸੀ, ਜਿਸ ਵਿੱਚ 16 ਸਾਲ ਦਾ ਕਰਨਵੀਰ ਸਿੰਘ ਸਹੋਤਾ ਕਰੀਬ ਜ਼ਖਮੀ ਹੋ ਗਿਆ ਸੀ ਅਤੇ ਇੱਕ ਹਫ਼ਤਾ ਹਸਪਤਾਲ 'ਚ ਦਾਖਲ ਰਿਹਾ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਬੁੱਧਵਾਰ ਤੱਕ ਪੋਸਟਮਾਰਟਮ ਰਿਪੋਰਟ ਆਉਣ ਦੀ ਉਮੀਦ ਹੈ। ਇਸ ਘਟਨਾ ਤੋਂ ਬਾਅਦ ਵਿਦਿਆਰਥੀ ਅਤੇ ਸਾਰਾ ਭਾਈਚਾਰਾ ਸਦਮੇ ਵਿੱਚ ਹੈ। Our sincere condolences to the family. Our hearts are certainly with them, with our McNally School community, with our students, our staff, and everyone impacted. I want parents to know that that our schools are amazing places, and we work very hard to ensure the success of our kids.